ਚਿੱਟੇ ਰੰਗ ਦੇ ਲੰਗੋਟੇ ਤੇ ਇੱਕ ਵਾਰ ਤਾੜੀਆਂ ਲਾ ਦਿਓ ਜ਼ੋਰਦਾਰ ਉਸ ਤੀਸਰੇ ਦੀ ਸ਼ੁਰੂ ਹੋ ਗਈ ਆ ਕੱਲੀ ਕੁਸ਼ਤੀ ਹੋਣੀ ਆ ਇਹ ਛਡਾ ਦੇ ਇੱਧਰ ਵਾਲੀ ਕੁਸ਼ਤੀ ਮੇਲੇ ਦਾ ਮੰਗ ਜੀ ਛਡਾ ਦੇ ਕੁਸ਼ਤੀ ਬਈ ਮੇਰੇ ਕੋਲ ਕੋਈ ਮਿਹਰਬਾਨ ਨਾ ਆਇਓ ਮੇਰੇ ਕੋਲ ਕਿਸੇ ਦੀ ਪਰਚੀ ਨਹੀਂ ਨਾ ਮੈਂ ਕਿਸੇ ਦੀ ਬੋਲਣੀ ਹੈ ਆਪਣੀ ਥਾਂ ਤੇ ਬੈਠੋ ਜਾ ਕੇ ਰਵੀ ਬੈਠੋ ਪਰਚੀ ਨਹੀਂ ਮੇਰੇ ਕੋਲ ਜਿਨ੍ਹਾਂ ਦੀਆਂ ਪਰਚੀਆਂ ਬਣੀਆਂ ਉਹਨਾਂ ਨੂੰ ਪੈਸੇ ਮਿਲ ਜਾਣੇ ਕੋਈ ਚੱਕਰ ਨਹੀਂ ਉਧਰ ਕੁਸ਼ਤੀ ਮੈਦਾਨ ਦੇ ਵਿੱਚ ਸ਼ੁਰੂ ਹੋਈ ਹੈ ਕਰ ਸਕਦਾ ਜਿਹਦੇ ਨੂੰ
ਪੰਚਾਇਤ ਮੈਂਬਰ ਕਹਿੰਦੇ ਆ, ਕਮੇਟੀ ਕਹਿੰਦੀ, ਸਭ ਦੀ ਮੰਨਣੀ ਪੈਂਦੀ ਹੈ। ਇਸ ਕਰਕੇ ਕਿਸੇ ਕਾਰਨ ਬਾਬਾ ਜੀ ਦੰਗਲ ਚ ਨਹੀਂ ਪੁੱਜੇ। ਸੋ ਉਹਨਾਂ ਦਾ ਜਿਹੜਾ ਅੱਜ ਮੇਰੇ ਵੱਲੋਂ ਮਾਨ ਸਨਮਾਨ ਕੀਤਾ ਜਾਣਾ, ਬਾਬਾ ਜੀ ਨੂੰ ਬੇਨਤੀ ਹੈ ਪਲੀਜ਼ ਆ ਜਿਓ। ਬਾਬਾ ਜੀ ਦਾ ਜਿਹੜਾ ਮਾਨ ਸਨਮਾਨ ਮੇਰੇ ਵੱਲੋਂ ਕੀਤਾ ਜਾਣਾ, ਬਾਬਾ ਜੀ ਆ ਜਿਓ ਪਲੀਜ਼, ਕਿਉਂਕਿ ਬੋਲਣ ਵਾਲਾ ਦੂਜਾ ਬੁਲਾਰਾ ਨਹੀਂ, ਹੁਣ ਆਪ ਨੂੰ ਬੋਲਣਾ ਪੈਂਦਾ। ਸੋਨੀ ਬਾਈ, ਸੋਨੀ ਪ੍ਰਧਾਨ ਜੀ ਸਰਸਾ ਨਾਲ, ਸੁਰਜੀਤ ਚੌਧਰੀ ਜੀ ਰੇੜੂ, ਮਿੱਤਰ ਦਾਸੋ ਮਾਜਰਾ, ਇਹਨਾਂ ਨੂੰ ਵੀ ਬੇਨਤੀ ਹੈ ਪਲੀਜ਼ ਆ ਜਿਓ। ਸੋਨੀ ਬਾਈ ਆ ਜਿਓ ਪਲੀਜ਼। ਸੋਨੀ ਬਾਈ ਜੀ ਆ ਜਿਓ, ਸੁਰਜੀਤ ਬਾਈ ਆ ਜਿਓ, ਮਿੱਤਰ ਆ ਜਿਓ, ਮਿੱਤਰ ਮਿੱਤਰ ਮਨੋਜ ਮੇਰੇ ਸਪੰਦਰ ਪ੍ਰਿੰਸ ਬੈਂਸ ਰੂਪਮ ਬੈਂਸ ਆ ਜਿਓ ਪੁੱਤਰ। ਇਹ ਉਹ ਸ਼ਖਸੀਅਤਾਂ ਹੈ ਜਿਹਨਾਂ ਦਾ ਆਪਾਂ ਕਦੇ ਦੇਣ ਨਹੀਂ ਦੇ ਸਕਦੇ। ਫੋਟੋਗ੍ਰਾਫਰ ਵੀ ਆ ਜਿਓ, ਤਾੜੀਆਂ ਲਾ ਦਿਓ ਗੁਰਦੀਪ ਭਾਜੀ ਜੀ ਦੀ, ਸਾਰੇ ਦਾ ਬਹੁਤ ਬਹੁਤ ਧੰਨਵਾਦ ਹੈ। ਮੇਰੇ ਬੱਚੇ ਵੀ ਤੁਹਾਡਾ ਦੇਣ ਨਹੀਂ ਦੇ ਸਕਦੇ। ਸੋ ਬਹੁਤ ਬਹੁਤ ਧੰਨਵਾਦ, ਤੁਸੀਂ ਇੰਨੇ ਜੋਗੇ ਕੀਤਾ, ਤਾਂ ਜਦੋਂ ਧੰਨਵਾਦ ਹੈ, ਬੜਾ ਪਿਆਰ ਹੈ ਸਾਰੇ ਭਰਾਵਾਂ ਦਾ। ਚਲੋ ਜੀ, ਅਗਰ ਚਾਹੁੰਦੀ ਸੀ ਕੁਸ਼ਤੀ ਦੀ ਗੱਲ ਕਰੀਏ, ਇੱਕ ਪਾਸੇ ਭੁਪਿੰਦਰ ਅਜਨਾਲਾ ਤੇ ਨਾਲ ਬਈ ਆਹ ਬਾਬਾ ਫਰੀਦ ਆ, ਜਿਹਨਾਂ ਨੇ ਗੱਲ ਕਰਦੀ ਆ ਕਿ ਛੜ ਕਬੱਡੀ ਚੁਸਤੀ ਵੀ ਕੰਮ ਬਣਦਾ ਝੋਟੇ ਦਾ, ਜੀਦਾਰੀ ਦੀ ਕੁਸ਼ਤੀ ਪੱਕਾ ਸਾਧ ਲਗੋਟੇ ਦਾ, ਇਹ ਤੰਦਰੁਸਤਾਂ ਦਾ ਮੇਲਾ, ਮੇਲਾ ਨਹੀਂ ਬਿਮਾਰਾਂ ਦਾ, ਮਹਿੰਦੀ ਬਣ ਕੇ ਦੇਖ ਮੇਲਿਆ, ਅੱਜ ਮੇਲਾ ਯਾਰਾਂ ਦਾ, ਅੱਜ ਮੇਲਾ ਯਾਰਾਂ ਦਾ। ਬਈ ਦੀਪਕ ਆ ਜਿਓ, ਦੀਪਕ ਕਿਹਦੇ ਨਾਲ ਤੇਰੀ ਸਿੱਪੇ ਨਾਲ, ਸਿੱਪੇ ਆ ਪਹਿਲਾਂ ਦੇ ਵਿੱਚ ਸਿੱਪਾ ਰਾਈਏ ਵਾਲ, ਦੀਪਕ ਹੱਲਾ ਪੰਡਿਤ ਰਾਈਏ ਵਾਲ, ਗੁਰਨਾਮ ਪੈ ਬੰਦਾ ਮਾਸਾਈ ਬਈ। ਧਿਆਨ ਦਿਓ, ਆਉਣ ਵਾਲੇ ਦੰਗਲਾਂ ਦੀ ਗੱਲ ਕਰੀਏ, ਅੱਜ ਤੋਂ ਬਾਅਦ 6 ਤਰੀਕ ਗੋਕਰੇ ਦਾ ਦੰਗਲ ਹੋਏਗਾ, ਸਾਡੇ ਅਵਤਾਰ ਜਨੇਲ ਜੀ ਸੱਦੇ ਦਿੰਦੇ ਆ। 7 ਤਰੀਕ ਜੱਗੋ ਚੱਕ ਟਾਂਡਾ ਗੁਰਦਾਸਪੁਰ,
ਪਠਾਨਕੋਟ ਦਾ ਜ਼ਿਕਰ ਹੋਇਆ ਵੀ ਨੋਟ ਕਰਿਓ 10 ਤਰੀਕ ਖੰਨੀ ਨੇੜੇ ਜੈਤੋਂ ਹਸ਼ਿਆਰਪੁਰ ਦਾ ਜ਼ਿਕਰ ਹੋਇਆ ਤਰਬੇਦਰ ਕੁਹਾਲੀ ਦੇ ਨਾਲ ਕੋਲੇਗਾ ਵੀ ਮੋੜੀ ਮਹਿਰਬਾਨ ਮਹਾਰਾਸ਼ਟਰ ਆਸੇ ਤਰ੍ਹਾਂ 16 ਤਰੀਕ ਮਖਰੂ